ਲੋੜ ਦਾ ਇੱਕੋ ਹੀ ਪਾਵਾ, ਉਹ ਵੀ ਅੱਛਾ ਅੱਛਾ ਅਖਤਰ ਦਾ ਵਾ। ਟਿੱਕੇ ਲੱਗ ਰਹੇ ਨੇ, ਚੈੱਕ ਕਰ ਰਹੇ ਹੋ, ਕਿਆ ਬਾਤ ਹੈ ਬਈ, ਕਿਆ ਹੋਏ ਹੋਏ ਹੋਏ, ਬੜੀ ਗਰਮੀ ਹੈ ਜਰਾ ਇੱਥੇ। ਬਾਲੋ ਬੱਤੀਆਂ ਵੇ ਉਹ ਐ ਜਨਾਬ, ਉਹ ਬੰਦੇ ਨੇ ਜਦੋਂ ਕੰਮ ਦਾ ਟਾਈਮ ਹੋਵੇ ਤੇ ਨਾਲ ਰੋਟੀ ਖਾਣੀ ਯਾਦ ਆ ਜਾਂਦੀ ਹੈ। ਮੇਰੇ ਪਿੱਛੇ ਵੇਖ ਰਹੇ ਹੋ ਇਹ ਜਨਾਬ ਮਜ਼ਦੂਰ ਡੇ ਵੇ, ਚੈੱਕ ਕਰੋ ਐ ਵੇ ਮਜ਼ਦੂਰ ਡੇ। ਲੇਕਿਨ ਕੋਈ ਨਹੀਂ, ਜਟਕ ਕਰਾਂਗੇ। ਅਸਲਾਮ ਵਾਲੇਕਮ, ਕੀ ਹਾਲ ਚਾਲ ਨੇ, ਖੁਸ਼ ਰਾਜ਼ੀ ਹੋ ਨਾ ਪਾਕਸ਼ ਦੇਖੋ। ਆ ਚੈੱਕ ਕਰ ਰਹੇ ਹੋ ਸ਼ੋਮੇ ਮਜ਼ਦੂਰ ਡੇ ਵੇ, ਯਕਮ ਮਈਏ, ਤੇ ਸਾਰੇ ਉਹ ਬੰਦੇ ਛੁੱਟੀ ਕਰ ਰਹੇ ਨੇ ਕਿ ਜਿਹੜੇ ਆ ਟਾਈਮ ਆਉਂਦੇ ਹੀ ਵਿਹਲੇ ਨੇ। ਅਸੀਂ ਜਨਾਬ ਕੰਮਾਂ ਕਾਜਾਂ ਤੇ ਆਏ ਹਾਂ, ਇਸ ਟਾਈਮ ਅਸੀਂ ਬਹੁਤ ਲੈਵਲ ਦੀ ਚੀਜ਼ ਇੱਕ ਬਣਾ ਰਹੇ ਹਾਂ। ਅਸੀਂ ਜਨਾਬ ਲਾਏ ਨੇ ਤਿੱਕੇ, ਤੇ ਜਿਨ੍ਹਾਂ ਨੂੰ ਤੁਰਕੀ ਜ਼ਬਾਨ ਚੋਂ ਆਉਂਦੇ ਨੇ ਮੰਗਲ, ਤੇ ਅੱਜ ਜਨਾਬ ਬੜੀ ਲੈਵਲ ਦੀ ਅਸੀਂ ਡਿਸ਼ ਬਣਾ ਰਹੇ ਹਾਂ। ਤੇ ਵੇਖ ਰਹੇ ਹੋ ਪਸੀਨਾ, ਸੁਬਾਹ 6 ਵਜੇ ਦੇ ਕੰਮ ਤੇ ਆ ਗਏ ਹਾਂ, ਅੱਗੇ 8 ਵਜੇ ਆਵੀਦਾ, ਤੇ ਅੱਜ ਸਾਡੇ ਵਾਸਤੇ ਡਬਲ ਕੰਮ ਨੇ। ਤੇ ਜਿਨ੍ਹਾਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਤੇ ਬੈਲ ਆਈਕਨ ਦਾ ਬਟਨ ਦਬਾ ਰਹੇ ਹੋ। ਇਹ ਸਮਝਾ ਰਿਹਾ ਸੀ ਉਤੇ ਲੈ ਕੇ ਛੁਰੀ ਵਗੈਰਾ। ਅੱਛਾ, ਬਾਕੀ ਅਸੀਂ ਪਸੀਨਾ ਚੈੱਕ ਕਰ ਰਹੇ ਹੋ ਕਰਮ ਵਾਲਿਓ, ਇਹ ਮੂੰਹ ਤੇ ਮੇਰੇ ਤੇ ਪਹਿਲੀ ਵਾਰੀ ਪਸੀਨਾ ਆਇਆ ਸੈਪਰਸ ਚੋਂ ਇੱਥੇ ਇਸ ਹੋਟਲ ਵਿੱਚ। ਪੁੱਛਾ ਮੈਨੇ ਕੁਛ ਐ ਨੇ ਜੀ, ਸਾਡੇ ਸ਼ੈਫ ਸਾਹਿਬ ਜਿਹੜੇ ਕਿ ਟਿੱਕੇ ਲਾ ਕੇ ਸਾਈਡ ਤੇ ਰੱਖ ਰਹੇ ਹਨ, ਤੇ ਉਧਰ ਟਿੱਕੇ ਜਿਹੜੇ ਨੇ ਉਹ ਬਣ ਰਹੇ ਨੇ। ਫਿਲਹਾਲ ਚੈੱਕ ਕਰ ਰਹੇ ਹੋ ਕਿੰਨਾ ਲੈਵਲ ਦਾ ਧੂਆਂ ਨਿਕਲ ਰਿਹਾ, ਤੇ ਇਧਰ ਇਹ ਜਿਹੜੇ ਨੇ ਰੋਟੀ ਤੇ ਲਾ ਕੇ ਚੈੱਕ ਕਰ ਰਹੇ ਹਨ ਕਿ ਕਿਸ ਤਰ੍ਹਾਂ ਦੇ ਬਣੇ ਨੇ, ਤੇ ਇਹ ਹੁਣ ਖਾ ਕੇ ਟਰਾਈ ਕਰਨਗੇ। ਲੋੜ ਦਾ ਇੱਕੋ ਹੀ ਪਾਵਾ, ਉਹ ਵੀ ਅੱਛਾ ਅੱਛਾ ਅਖਤਰ ਦਾ ਵਾ। ਇਹ ਟਿੱਕੇ ਨੇ ਜੀ ਜਿਹੜੇ ਅਸੀਂ ਲਾ ਰਹੇ ਹਾਂ, ਫਿਲਹਾਲ ਹਾਜ਼ਰ ਕਰ ਰਹੇ ਹਾਂ ਤੇ ਨਾਲ ਨਾਲ ਮਸਤੀਆਂ ਕਰ ਰਹੇ ਹਾਂ। ਬਾਲੋ ਬੱਤੀਆਂ ਵੇ ਓ, ਬਾਲੋ ਬੱਤੀਆਂ ਵੇ, ਮਾਰੋ ਮੇ ਕੋ ਸੰਗਲਾਨਾ, ਅੱਜ ਯੋ ਮੇ ਮਜ਼ਦੂਰ ਦੇ ਤੇ ਅਸੀਂ ਇੱਥੇ ਜ਼ਲੀਲ ਹੁੰਦੇ ਪਏ ਆਂ। ਬਹੁਤ ਕਿਸਮ ਦਾ ਰਾਇਤਾ ਵਗੈਰਾ ਆਏ ਆ, ਬਹੁਤ ਚੀਜ਼ਾਂ ਆਈਆਂ ਨੇ ਜਿਹੜੀਆਂ ਕਿ ਤੁਹਾਨੂੰ ਅਸੀਂ ਵਿਖਾਈਏ ਤੇ ਤੁਸੀਂ ਹੈਰਾਨ ਰਹਿ ਜਾਓ। ਇਹ ਹੈ ਜਨਾਬ ਇਨਕੇ ਕੋਫਤੇ, ਅਭੀ ਇਹ ਵੀ ਬਣਾਏਂਗੇ, ਕੁਛ ਚਾਹ ਸਾਵੇਗੀ ਤੋ ਯੇ ਹਮ ਪਹਿਲੇ ਗਰੀਬੋ ਮੇ ਬਾਂਟੇਂਗੇ ਫਿਰ ਖੁਦ ਖਾਏਂਗੇ, ਯੇ ਲੋ ਜੀ, ਬਿਸਮਿਲ੍ਲਾ ਕਰ। ਚਲ ਜਾ ਪਹਿਲਾਂ ਕੰਮ ਕਰ ਜਾ ਕੇ। ਤੋ ਗਾਇਜ਼, ਆਜ ਕਾ ਹਮਾਰਾ ਮੈਨਿਊ ਰੈਡੀ ਹੋ ਚੁਕਾ ਹੈ, ਤੋ ਯੇ ਸਭ ਆਪਕੋ ਰਾਇਤਾ ਨਜ਼ਰ ਆ ਰਹਾ ਹੈ, ਯੇ ਅਲੱਗ ਅਲੱਗ ਕਿਸਮ ਕਾ ਰਾਇਤਾ ਬਣਾਇਆ ਗਿਆ ਹੈ। ਤੋ ਯੇ ਹੈ ਟਮਾਟਰ ਖੀਰਾ, ਉਸਕੇ ਬਾਅਦ ਯੇ ਪਿਆਜ਼ ਵਗੈਰਾ, ਟਮਾਟਰ ਵਗੈਰਾ ਵਗੈਰਾ, ਯੇ ਮਿਰਚੀਆਂ ਆ ਗਈ, ਉਸਕੇ ਸਾਥ ਯੇ ਟਿੱਕੇ ਬੋਟੀ, ਯੇ ਵੋ ਲਗੜਮ ਪਗੜਮ, ਬਹੁਤ ਸਿਸਟਮ ਹੈ ਯੇ ਰੋਟੀਆਂ ਇਨਕੀ, ਉਸਕੇ ਸਾਥ ਸਾਥ ਅਭੀ ਹਮ ਬਣਾ ਰਹੇ ਹਾਂ, ਚੈੱਕ ਕਰ ਸਕਦੇ ਹਾਂ। ਮੈਂ ਵੀ ਕੰਮ ਕਰ ਰਹਾ ਹੂੰ, ਛਉਂ ਛੜਾਂ ਕਰਕੇ ਆ ਗਏ, ਮੇਰੇ ਸ਼ੈਫ ਖੜਾ ਹੋਇਆ, ਵੋ ਵੀ ਮੇਰੇ ਸਾਥ ਕੰਮ ਕਰ ਰਿਹਾ, ਔਰ ਯੇ ਹਮਾਰੀ ਮਾਈ ਹੈ ਜੋ ਕਿ ਹਮਾਰੀ ਹੈਲਪ ਕਰਵਾ ਰਹੀ ਹੈ, ਕਿਉਂਕਿ ਯੇ ਕੰਮ ਤੋ ਕਰਤੀ ਨਹੀਂ ਹੈ, ਬਸ ਵੈਸੇ ਹੀ ਲਗੜਮ ਪਗੜਮ ਚੁਗਲੀਆਂ ਕਰਤੀ ਹੈ। ਯੇ ਹੈ ਜੀ ਜਨਾਬ ਇਨਕਾ ਮੰਗਲ, ਔਰ ਹਮ ਬੁੱਧ ਲਗਾਏਂਗੇ, ਅੰਦਰ ਆ ਕੇ ਚੈੱਕ ਕਰ ਰਹੇ ਹੋ, ਬਾਰ ਬਾਰ ਆ ਜਾਈਦਾ ਦਾਲ ਲਾਉਣੇ ਵਾਸਤੇ। ਅੱਜ ਫੁੱਲ ਯਸ਼ੀਆਂ ਹੋ ਰਹੀਆਂ ਨੇ, ਚੈੱਕ ਕਰ ਰਹੇ ਹੋ, ਡਾਲੇ ਤੇ ਡਾਲੇ ਜਾ ਰਹੇ ਨੇ, ਛੱਤ ਵੱਲ ਜਨਾਬ ਅੱਗੇ ਤਿੰਨ ਲੈ ਗਏ ਹਾਂ, ਤਿੰਨ ਹੋਰ ਲੈ ਕੇ ਜਾਣ ਲੱਗੇ ਹਾਂ, ਅਤੇ ਬਾਕੀ ਅੰਦਰ ਚੈੱਕ ਕਰ ਰਹੇ ਹਾਂ, ਅੰਦਰ ਅਜੇ ਲੱਸੀ ਵਗੈਰਾ ਆਇਆ, ਤੇਰੀ ਖੈਰ ਹੋ ਜੇ, ਇਹ ਆਇਰਨ ਪਈਏ। ਅਸੀਂ ਤਾਂ ਜਨਾਬ ਹੁਣ ਕੋਲਾ ਪੀਸਾ, ਇਸ ਟਾਈਮ ਜਨਾਬ ਸਾਨ ਲੱਗ ਗਈ ਭੁੱਖ, ਤੇ ਮੈਂ ਕਿਹਾ ਸੀ ਟਿੱਕੇ ਛਿੱਕੇ ਪੈ ਲਈਏ। ਜਨਾਬ ਉਹ ਬੰਦੇ ਨੇ ਜਦੋਂ ਕੰਮ ਦਾ ਟਾਈਮ ਹੋਵੇ ਤੇ ਨਾਲ ਰੋਟੀ ਖਾਣੀ ਯਾਦ ਆ ਜਾਂਦੀ ਹੈ।
ਟਿੱਕੇ ਲੱਗ ਰਹੇ ਨੇ, ਚੈੱਕ ਕਰ ਰਹੇ ਹੋ ਕਿਆ ਬਾਤ ਹੈ ਬਈ ਕਿਆ। ਓਏ ਹੋਏ ਹੋਏ ਬੜੀ ਗਰਮੀ ਹੈ ਜਰਾ ਇੱਥੇ। ਲਓ ਜੀ ਇਸ ਟਾਈਮ ਜਨਾਬ ਕਲੋਜ਼ ਕਰ ਦਿੱਤੀ ਹੈ ਅਰਸ਼ਦ ਸ਼ਹਿਜ਼ਾਦ ਸਾਹਿਬ ਜਿਹੜਾ ਸਫਾਈ ਕਰ ਰਹੇ ਨੇ ਸਹੀ ਤਸੱਲੀ ਨਾਲ। ਮੇਰੇ ਪਿੱਛੇ ਵੇਖ ਰਹੇ ਹੋ ਇਹ ਜਨਾਬ ਮਜ਼ਦੂਰ ਡੇ, ਚੈੱਕ ਕਰੋ ਇਹ ਵੇ ਮਜ਼ਦੂਰ ਡੇ। ਲੇਕਿਨ ਕੋਈ ਨਹੀਂ, ਜਟਾ ਕਰਾਂਗੇ। ਇਸ ਜਗ੍ਹਾ ਤੇ ਜਨਾਬ ਅਸੀਂ ਸੁਬਾ ਟਾਈਮ ਲਾਇਆ ਸੀ, ਟਿੱਕਾ ਸਿਸਟਮ ਫੁੱਲ VIP ਕਰਕੇ ਤੇ ਹੁਣ ਬਿਲਕੁਲ ਖਤਮ ਹੋ ਗਿਆ। ਲੇਕਿਨ ਹੁਣ ਕੋਲੇ ਅਸੀਂ ਨਵੇਂ ਪਖਾ ਦਿੱਤੇ ਨੇ, ਚੈੱਕ ਕਰ। ਓਏ ਹੋਏ 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 ਹੋਏ, ਬਹੁਤ ਸੇਕ ਮਾਰ ਰਹੇ ਨੇ ਜਨਾਬ। ਇਹ ਛੋਟਾ ਹੈ, ਇਹ ਤਾਂ ਬਣਾ ਰਹੇ ਹਾਂ, ਬਾਕੀ ਮੈਂ ਛੁਰੀ ਲੈ ਆਉਂਦੀ ਹੈ ਦੁਬਾਰਾ, ਕਿਉਂਕਿ ਅਸੀਂ ਕੰਮ ਦੁਬਾਰਾ ਸਟਾਰਟ ਕਰਨ ਲੱਗੇ ਹਾਂ। ਅਸਲ ਜੋ ਸੁਬਹ ਵਾਲੀ ਜਿਹੜੀ ਸ਼ਿਫਟ ਆਈ ਉਹਨਾਂ ਸਾਰਿਆਂ ਖਾ ਲਿਆ, ਅਤੇ ਹੁਣ ਜਿਹੜੀ ਨਾਈਟ ਵਾਲੀ ਸ਼ਿਫਟ ਉਹਨਾਂ ਵਾਸਤੇ ਬਣਾਉਣ ਲੱਗੇ ਹਾਂ। ਇਸ ਵਜ੍ਹਾ ਤੋਂ ਕਿ ਹੁਣ ਦੁਬਾਰਾ ਸਟਾਰਟ ਕਰ ਦਿੱਤਾ ਗਿਆ, ਹੁਣ ਥੋੜ੍ਹੀ ਦੇਰ ਤੱਕ ਫਿਰ ਇੱਥੇ ਉਹ ਸ਼ੁਗਲ ਮੇਲਾ ਲੱਗ ਜਾਣਾ, ਅਤੇ ਅਸੀਂ ਹੁਣ ਜਨਾਬ ਇੱਥੇ ਆਏ ਹਾਂ ਇੱਕ ਵਾਰੀ ਦੁਬਾਰਾ ਸੈਟਅਪ ਸਿੱਧਾ ਕਰਨ। ਹਲੇ ਸ਼ੈਫ ਹਰੀ ਜਿਹੜਾ ਨੇ ਉਹ ਟਿੱਕੇ ਛਿੱਕੇ ਲਾ ਰਹੇ ਨੇ, ਫੁੱਲ VIP ਕਰਕੇ ਬੂਟੀਆਂ ਛੁੱਟੀਆਂ ਲਾ ਰਹੇ ਹਨ, ਅਤੇ ਅਸੀਂ ਜਨਾਬ ਆ ਗਏ ਹਾਂ ਉੱਤੇ। ਅਸੀਂ ਇਹ ਚੈੱਕ ਕਰ ਰਹੇ ਹੋ, ਇਹ ਸਾਫ਼ ਕਰਾਂਗੇ ਹੁਣ, ਕਿਉਂਕਿ ਨਾ ਸਾਫ਼ ਕੀਤੀਆਂ ਤਾਂ ਇਹਨਾਂ ਜਿਸ ਟਾਈਮ ਅੱਗ ਉੱਤੇ ਰੱਖਣਾ ਅਤੇ ਇਹਨਾਂ ਫਿਰ ਬਿਲਕੁਲ ਐਂ ਸੜ ਜਾਣਾ ਅਤੇ ਨਿਜ਼ਾਮ ਖਰਾਬ ਹੋ ਜਾਣਾ। ਇਸ ਵਜ੍ਹਾ ਤੋਂ ਮੈਂ ਕਿਹਾ ਕਿ ਇਹ ਪਹਿਲੇ ਸਾਫ਼ ਕੀਤੇ ਜਾਵਣ ਅਤੇ ਫਿਰ ਇਹਨਾਂ ਵਿੱਚ ਬੂਟੀਆਂ ਲਾਈਆਂ ਜਾਵਣ। ਇਹ ਚੈੱਕ ਕਰ ਰਹੇ ਹੋ, ਇਹ ਖੁੱਲ ਜਾਂਦਾ ਹੈ, ਇਹਦੇ ਵਿੱਚ ਬੂਟੀਆਂ ਰੱਖ ਕੇ ਉੱਤੋਂ ਹੀ ਬੰਦ ਕਰ ਦਿੰਦੇ ਨੇ। ਚਲ ਬਈ, ਨਿਜ਼ਾਮ ਓਕੇ ਹੋ ਜਾਂਦਾ ਹੈ। ਇਹ ਸਾਡਾ ਇੱਥੇ ਸੈਪਰਸ ਹੋਟਲ ਵਿੱਚ ਕੰਮ ਹੈ ਜਿਹੜਾ ਕਿ ਤੁਸੀਂ ਵੇਖ ਰਹੇ ਹੋ। ਹੁਣ ਜਨਾਬ ਅਸੀਂ ਇੱਕ ਵਾਰੀ ਕੰਮ ਸ਼ਾਮ ਮੁਕਾ ਲਈਏ, ਕਿਉਂਕਿ ਕੰਮ ਬਹੁਤ ਜ਼ਿਆਦਾ ਪਏ ਹੈ ਅਤੇ 4 ਹੋ ਗਏ ਨੇ। ਹਾਲਾਂਕਿ ਮੈਨੂੰ 4 ਵਜੇ ਛੁੱਟੀ ਹੋ ਜਾਂਦੀ ਹੈ ਸੁਬਹਾ ਦੀ ਸ਼ਿਫਟ ਵਾਲਿਆਂ ਨੇ, ਅਤੇ 4 ਤੋਂ ਟਾਈਮ ਹੋਣ ਉੱਤੇ ਥੋੜ੍ਹੀ ਦੇਰ ਤੱਕ ਹੋ ਜਾਣਾ, ਅਤੇ ਐਕਸਟਰਾ ਲੱਗ ਰਹੀ ਹੈ। ਕੱਲ੍ਹ ਵੀ ਐਕਸਟਰਾ ਲਾ ਰਹੇ ਸੀ, ਅੱਜ ਵੀ ਐਕਸਟਰਾ ਲਾਈਏ। ਪੈਸਾ ਹੀ ਪੈਸਾ ਹੋ ਗਿਆ। ਲਓ ਜੀ ਕੰਮ ਸਟਾਰਟ ਹੋਣ ਲੱਗਾ। ਇਹ ਸਾਡੇ ਜਾ ਰਹੇ ਨੇ ਉਸਤਾਦ ਹਰੇ। ਇੱਧਰੋਂ ਕੰਮ ਲੱਗੇ ਨੇ ਅਤੇ ਇੱਧਰਿਆ ਦੇ ਕੰਮ ਚੈੱਕ ਕਰੋ। ਇਹ ਜਿਹੜੇ ਕੰਮ 'ਚ ਡੰਡੀਆਂ ਮਾਰਦੇ ਨੇ ਨਾ, ਉਹ ਐਂ ਦੇ ਬੰਦੇ ਹੁੰਦੇ ਨੇ। ਚੈੱਕ ਕਰੋ, ਚੱਟ ਬਾਤ ਥੋੜ੍ਹੀ ਸਾਰੀ ਬੋਤਲ ਪਾ ਲੈਂਦਾ ਅਤੇ ਬਹਾਨਾ ਲਾ ਕੇ ਇੱਥੇ ਬਹਿ ਜਾਂਦਾ। ਉਹ ਵਿਚਾਰਿਆਂ ਉੱਥੇ ਕੰਮ ਲੱਗੇ ਨੇ। ਉਹ ਜੀ ਦੁਬਾਰਾ ਓਪਨ ਕਰ ਦਿੱਤਾ ਗਿਆ ਸਭ, ਇਹਦਾ ਕੰਮ ਚੈੱਕ ਕਰੋ, ਫਿਰ ਲੈ ਕੇ ਬਹਿ ਗਿਆ। ਉਈ ਵਕਸ ਮੈਂ ਕਿਤਵੀਂ ਵਾਰ ਤੈਨ ਖਾਂਦੇ ਹਾਂ, ਕੰਮ ਤਾਂ ਨਸਣ ਦਾ ਵੀ ਤੇਰਾ ਚੰਗਾ ਤਰੀਕਾ ਹੈ। ਵੈਸੇ ਕੰਮ ਦਾ ਨਸਣ ਤੋਂ ਇਹ ਸਭ ਤੋਂ ਬੈਸਟ ਤਰੀਕਾ ਹੈ, ਤਾਂ ਕਿ ਤੁਹਾਨੂੰ ਕੰਮ ਨਾ ਜ਼ਿਆਦਾ ਕਰਨਾ ਪਵੇ। ਖਾਓ ਨਹੀਂ ਮੇਰੀਆਂ ਮੱਝੀਆਂ, ਖਾਓ ਖਾਓ ਨਹੀਂ ਖਾਓ। ਆਇਓ ਸੋਹਣਿਆ ਰੱਬਾ, ਕਿਨਾ ਪਕਾਣੀਆਂ ਤੇ ਕਿਨਾ ਨੇ ਖਾ ਜਾਣੀਆਂ। ਲਓ ਜੀ, ਸਾਡੀ ਡਬਲ ਸ਼ਿਫਟ ਦਾ ਟਾਈਮ ਖਤਮ ਹੋ ਗਿਆ ਅਤੇ ਇਸ ਟਾਈਮ ਅਸੀਂ ਕਲੋਜ਼ਿੰਗ ਕਰ ਰਹੇ ਹਾਂ। ਇਹ ਕਾਕਾ ਦੀ ਚਾਹ ਹੈ, ਇਹ ਸਮਾਨ ਚਾਹ ਹੈ, ਇਹ ਥੱਲੇ ਲੈ ਕੇ ਜਾ ਰਹੇ ਹਾਂ। ਦੁਬਾਰਾ ਸੈਟਅਪ ਲਾਇਆ, ਚੈੱਕ ਕਰ ਸਕਦੇ ਹੋ, ਇਹ ਵੀ ਬਿਲਕੁਲ ਫਿਨਿਸ਼ ਹੋ ਗਿਆ, ਕਿਉਂਕਿ ਇਸ ਟਾਈਮ ਛੁੱਟੀ ਦਾ ਟਾਈਮ ਹੋ ਗਿਆ, ਡਬਲ ਸ਼ਿਫਟ ਵੀ ਖਤਮ ਹੋ ਗਈ ਹੈ ਅਤੇ ਇਹ 3 ਤੈਪਸੀਆਂ ਰਹਿ ਗਈਆਂ ਸੀ। ਅਸੀਂ ਹੁਣ ਲੈ ਕੇ ਜਾ ਰਹੇ ਹਾਂ ਥੱਲੇ, ਇਹਨਾਂ ਵਿੱਚ ਚੈੱਕ ਕਰ ਰਹੇ ਹੋ। ਆਏ ਹਾਏ ਹਾਏ ਹਾਏ, ਪੂਰਾ ਮਾਲੂ ਛੱਡ ਕੇ ਥੱਲੇ ਜਾ ਕੇ ਫੁੱਲ ਰਗੜਨਾ, ਪਤਾ ਨਹੀਂ ਕਿਤਨੀ ਵਾਰੀ ਖਾ ਹੜੀਏ ਰੋਟੀ, ਕੋਈ ਸਮਝ ਹੀ ਨਹੀਂ ਆਇਆ। ਪੂਰਾ ਲੈਵਲ ਦਾ ਸੀਨ ਬਣਿਆ ਆਈ, ਬਾਕੀ ਚਸ ਬੜੀ ਆਈ ਹੈ। ਆਏ ਹਾਏ ਹਾਏ ਹਾਏ, ਬੋਟੀਆਂ ਕਿਸੇ ਦੇ ਪਿਓ ਦੀਆਂ ਨਹੀਂ, ਸਾਰੇ ਖਾਸਾਂ ਵੰਡ ਕੇ। ਲਓ ਜੀ, ਹੁਣ ਸਾਡਾ ਕੱਪੜੇ ਲਾਉਣ ਦਾ ਟਾਈਮ ਆ ਗਿਆ। ਅਬੇ ਸਾਲੇ, ਮੇਰਾ ਮਤਲਬ ਕਿ ਯਾਰ ਸ਼ਿਫਟ ਖਤਮ ਹੋ ਗਈ ਨਾ, ਚੇਂਜਿੰਗ ਕਰਨ ਲੱਗੇ ਆ। ਚੈੱਕ ਕਰ ਰਹੇ ਹੋ ਜਨਾਬ, BMW ਲੈਣ ਆਈ ਹੈ ਸਾਨੂੰ।
ਅੱਜ ਦਾ ਦਿਨ ਸਾਡਾ ਖਤਮ ਹੋਇਆ, ਚੈੱਕ ਕਰ ਹੀ ਲਿਆ ਤੁਸੀਂ ਕਿ ਇੱਥੇ ਮੰਗਲ ਕੇ ਨੰਦ ਨੇ ਤੇ ਟਿੱਕੇ ਛਿੱਕੇ ਇੱਥੇ ਕਿਵੇਂ ਲਾਈ ਦੇ ਤੇ ਹੋਟਲ ਦਾ ਕੰਮ ਇੱਥੇ ਕਿਵੇਂ ਦਾ। ਬਾਕੀ ਤੁਹਾਡੇ ਭਰਾ ਦਾ ਕਰਮ ਵਾਲਿਓ ਸੈਪਰਸ ਵੀ ਨਾ ਚੱਲਦਾ, ਚੈੱਕ ਕਰ ਰਹੇ ਹੋ ਨਾ, BMW ਵਿੱਚ ਛੱਡ ਕੇ ਗਿਆ ਨੇ, ਸੁਬਹ ਸੁਬਹ ਗੱਡੀ ਤੇ ਲੈ ਕੇ ਗਿਆ ਨੇ। ਤੇ ਵੈਸੇ ਵੀ ਮਾਈ ਸਾਡੇ ਵਾਸਤੇ ਬਹੁਤ ਚੰਗੀ ਹੈ, ਬਹੁਤ ਪਿਆਰ ਕਰਦੀ ਹੈ, ਅਸੀਂ ਵੀ ਉਹਦੀ ਬਹੁਤ ਇੱਜ਼ਤ ਕਰਦੇ ਹਾਂ, ਸਾਡੀਆਂ ਮਾਵਾਂ ਬਜਾ ਹੈ ਮਾਈ। ਇੱਥੇ ਹੁਣ ਵੀਡੀਓ ਦਾ ਐਂਡ ਕਰਾਂਗੇ ਕਿਉਂਕਿ ਅਸੀਂ ਵੀ ਘਰ ਪਹੁੰਚ ਆਏ ਹਾਂ, ਟਾਈਮ ਕਾਫੀ ਜ਼ਿਆਦਾ ਹੋ ਗਿਆ, ਵੀਡੀਓ ਵੀ ਕਾਫੀ ਵੱਡੀ ਹੋ ਗਈ ਹੈ। ਜਿਨ੍ਹਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ, ਠਾ ਕਰ ਦਿਓ। ਇਹ ਅੱਜ ਦਾ ਸਾਡਾ ਲੇਬਰ ਡੇ ਸੀ ਤੇ ਜਿਨ੍ਹਾਂ ਨੂੰ ਵੀਡੀਓ ਅੱਛੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਓਕੇ ਬਾਏ, ਅੱਲਾ ਹਾਫਿਜ਼, ਬਾਏ ਬਾਏ, ਸ਼ੂ ਠਾ।